ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਨਮੁਖ ਪੇਸ਼ ਹੈਗੀ ਹਾਂ ਅਤੇ ਇਸ ਵੀਡੀਓ ਵਿੱਚ ਆਪਾਂ ਪੰਜਾਬੀ ਵਿਆਕਰਨ ਦਾ ਅਗਲਾ ਭਾਗ ਵਿਸਮਿਕ ਦੀ ਪਰਿਭਾਸ਼ਾ ਅਤੇ ਉਸ ਦੀਆਂ ਕਿਸਮਾਂ ਨੂੰ ਵਾਚਣਾ ਹੈ। ਇਸ ਤੋਂ ਪਹਿਲਾਂ ਅਸੀਂ ਪ੍ਰਯੋਗ ਅਨੁਸਾਰ ਸ਼ਬਦ ਦੀਆਂ ਕਿਸਮਾਂ 8 ਕਿਸਮਾਂ ਨੇ ਤਾਂ ਉਹਦੇ ਵਿੱਚ ਆਪਾਂ 7 ਕਿਸਮਾਂ ਦੀ ਪਰਿਭਾਸ਼ਾ ਅਤੇ ਕਿਸਮਾਂ ਬਾਰੇ ਜਿਹੜਾ ਹੈ ਬਹੁਤ ਹੀ ਵਿਸਥਾਰ ਸਹਿਤ ਡਿਸਕਸ ਕਰ ਚੁੱਕੇ ਹੈਗੇ ਹਾਂ। ਤਾਂ ਜੇਕਰ ਕੋਈ ਵਿਦਿਆਰਥੀ ਚਾਹੇ ਤਾਂ ਉਹ ਜਿਹੜਾ ਹੈ ਇਸ ਚੈਨਲ ਦੀ ਜੋ ਪਲੇਲਿਸਟ ਹੈ ਉਹਦੇ ਵਿੱਚ ਵਿਆਕਰਨ ਦੇ ਹੈਡਿੰਗ ਦੇ ਅਧੀਨ ਇਹ ਵੀਡੀਓਜ਼ ਪਈਆਂ ਨੇ। ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਇਹ ਅਗਲਾ ਹੈ ਵਿਸਮਿਕ। ਤਾਂ ਵਿਸਮਿਕ ਕੀ ਹੁੰਦਾ ਹੈ? ਉਹ ਸ਼ਬਦ ਜਿਹੜੇ ਕੋਈ ਵੀ ਵਿਅਕਤੀ ਹੈ ਜਿਹੜਾ ਬਹੁਤ ਹੀ ਖੁਸ਼ੀ ਦੇ ਵਿੱਚ, ਬਹੁਤ ਹੀ ਗਮੀ ਦੇ ਵਿੱਚ, ਬਹੁਤ ਹੀ ਹੈਰਾਨੀ ਦੇ ਨਾਲ, ਬਹੁਤ ਹੀ ਸਮਝ ਲਓ ਕਈ ਵਾਰ ਉਤਸ਼ਾਹ ਦੇ ਨਾਲ ਕਿਸੇ ਨੂੰ ਸਤਿਕਾਰ ਦੇਣ ਲਈ, ਕਿਸੇ ਨੂੰ ਫਟਕਾਰ ਦੇਣ ਲਈ, ਕਿਸੇ ਨੂੰ ਆਸ਼ੀਰਵਾਦ ਦੇਣ ਲਈ ਕੁਝ ਸ਼ਬਦਾਂ ਦਾ ਇਸਤੇਮਾਲ ਕਰਦਾ ਹੈਗਾ ਤਾਂ ਅਜਿਹੇ ਸ਼ਬਦਾਂ ਨੂੰ ਵਿਸਮਿਕ ਕਿਹਾ ਜਾਂਦਾ ਹੈ ਵਿਆਕਰਨ ਦੇ ਵਿੱਚ। ਹੁਣ ਵਿਸਮਿਕ ਸੰਬੰਧੀ ਦੋ ਗੱਲਾਂ ਬੜੀਆਂ ਮਹੱਤਵਪੂਰਨ। ਪਹਿਲੀ ਗੱਲ, ਇਹ ਅਵਿਕਾਰੀ ਸ਼ਬਦਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਅਵਿਕਾਰੀ ਬਾਰੇ ਆਪਾਂ ਗੱਲ ਕਰ ਚੁੱਕੇ ਹੈਗੇ, ਵਿਕਾਰੀ ਅਤੇ ਅਵਿਕਾਰੀ, ਕਿ ਉਹ ਸ਼ਬਦ ਜਿਹੜੇ ਵਾਕ ਦੀ ਬਣਤਰ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲੈਂਦੇ ਨੇ ਉਹ ਵਿਕਾਰੀ ਹੁੰਦੇ ਨੇ, ਜਿਹੜੇ ਆਪਣੇ ਆਪ ਨੂੰ ਨਹੀਂ ਬਦਲਦੇ ਉਹ ਅਵਿਕਾਰੀ ਹੁੰਦੇ ਨੇ। ਸੋ ਵਿਸਮਿਕ ਅਵਿਕਾਰੀ ਸ਼ਬਦ ਸ਼੍ਰੇਣੀ ਹੈਗੀ ਆ। ਅਤੇ ਦੂਸਰੀ ਗੱਲ, ਇਹ ਇੱਕ ਕੁਝ ਅਜਿਹੇ ਸ਼ਬਦ ਹੁੰਦੇ ਨੇ ਜਿਨ੍ਹਾਂ ਦੀ ਵਰਤੋਂ ਨਾ ਹੋਣ 'ਤੇ ਵੀ ਜਿਹੜਾ ਵਾਕ ਹੈ ਵਿਆਕਰਨਕ ਰੂਪ ਦੇ ਵਿੱਚ ਪੂਰਨ ਹੁੰਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਬੱਲੇ ਬੱਲੇ ਰਮੇਸ਼ ਫਸਟ ਆ ਗਿਆ। ਹੁਣ ਬੱਲੇ ਬੱਲੇ ਉਹਦੀ ਜਿਹੜੀ ਹੈਗੀ ਆਪਾਂ ਨੇ ਪ੍ਰਸ਼ੰਸਾ ਕੀਤੀ, ਉਸ ਤੋਂ ਬਾਅਦ ਅਸੀਂ ਬੋਲਿਆ ਰਮੇਸ਼ ਫਸਟ ਆ ਗਿਆ। ਹੁਣ ਜੇਕਰ ਅਸੀਂ ਬੱਲੇ ਬੱਲੇ ਨਾ ਵੀ ਲਿਖੀਏ ਤਾਂ ਵੀ ਜਿਹੜਾ ਰਮੇਸ਼ ਫਸਟ ਆ ਗਿਆ ਵਾਕ ਪੂਰਾ ਹੈਗਾ। ਕਹਿਣ ਦਾ ਭਾਵ ਕੀ ਹੈ, ਵਿਆਕਰਨਕ ਦ੍ਰਿਸ਼ਟੀ ਤੋਂ ਜਿਹੜਾ ਵਾਕ ਲਈ ਵਿਸਮਿਕ ਜ਼ਰੂਰੀ ਨਹੀਂ ਹੈ, ਪਰ ਇਹ ਮਨ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਲਈ ਅਤੇ ਜਿਹੜੀ ਹੈ ਭਾਸ਼ਾ ਹੈ ਉਸਨੂੰ ਪੂਰਨ ਤਰ੍ਹਾਂ ਜਿਹੜਾ ਹੈ ਭਾਵਾਂ ਦਾ ਸੰਚਾਰ ਕਰਨ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਨੇ। ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਤਲਬ ਨਿਰਾਰਥਿਕ ਨੇ, ਅਰਥ ਤਾਂ ਹੈ ਇਹਨਾਂ ਦਾ, ਅਤੇ ਇਹਦੇ ਨਾਲ ਜਿਹੜਾ ਸਾਡੀ ਭਾਸ਼ਾ ਵਧੀਆ ਬਣਦੀ ਹੈ, ਪੜ੍ਹਨ ਨੂੰ ਵਧੀਆ ਲੱਗਦਾ ਹੈ, ਕਿਸੇ ਦੇ ਭਾਵ ਸਾਡੇ ਤੱਕ ਪਹੁੰਚਦੇ ਹੈਗੇ ਨੇ। ਤਾਂ ਹੁਣ ਅਗਲੀ ਗੱਲ ਕੀ ਹੈਗੀ ਆ, ਇਹਦੇ ਉਦਾਹਰਨਾਂ ਨੇ ਕੁਛ। ਤਾਂ ਇਹ ਕੀ ਹੈਗੇ ਨੇ, ਉਹ ਸ਼ਬਦ ਜੋ ਮਨ ਦੀ ਖੁਸ਼ੀ, ਗਮੀ, ਹੈਰਾਨੀ, ਇੱਛਾ ਆਦਿ ਭਾਵਾਂ ਨੂੰ ਪ੍ਰਬਲ ਰੂਪ ਦੇ ਵਿੱਚ ਪ੍ਰਗਟ ਕਰਦੇ ਹਨ। ਇੱਕ ਤਾਂ ਹੁੰਦਾ ਆਪਾਂ ਕਹਿੰਦੇ ਵੀ ਆਰਾਮ ਦੀ ਅਵਸਥਾ, ਹੈ ਨਾ, ਇੱਕ ਹੁੰਦੀ ਹੈ ਐਗਜ਼ਾਈਟਮੈਂਟ ਬਹੁਤ ਜ਼ਿਆਦਾ, ਹੈ ਨਾ, ਤਾਂ ਉਹ ਉਤਸੁਕਤਾ ਨੂੰ ਬਿਆਨ ਕਰਦੇ ਨੇ ਸ਼ਬਦ, ਅਤੇ ਉਹਨਾਂ ਨੂੰ ਵਿਸਮਿਕ ਕਹਿੰਦੇ ਆ। ਇਹ ਅਵਿਕਾਰੀ ਸ਼ਬਦ ਸ਼੍ਰੇਣੀ ਵਿੱਚ ਆਉਂਦੇ ਨੇ, ਜਿਵੇਂ ਬੱਲੇ ਬੱਲੇ, ਵਾਹ ਵਾਹ, ਕਮਾਲ ਹੈ, ਸ਼ਾਬਾਸ਼, ਖਬਰਦਾਰ, ਜਾਗਦੇ ਰਹੋ। ਤਾਂ ਇਹ ਸ਼ਬਦ ਆਮ ਨਾਲੋਂ ਅਸੀਂ ਖਾਸ ਟੋਨ ਦੇ ਵਿੱਚ ਬੋਲਦੇ ਹੈਗੇ ਹਾਂ, ਤਾਂ ਇਸ ਕਰਕੇ ਇਹ ਵਿਸਮਕ ਆਉਂਦੇ ਹੈਗੇ ਨੇ। ਤਾਂ ਇਹਨਾਂ ਦੀਆਂ ਜਿਹੜੀਆਂ ਕਿਸਮਾਂ ਨੇ ਇਹ 9 ਨੇ, ਜੋ ਸਾਡੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵਿਆਕਰਨ ਹੈ ਔਰ CBSE ਦੀ ਵਿਆਕਰਨ ਦੇ ਅਨੁਸਾਰ ਤਾਂ 9 ਕਿਸਮਾਂ ਨੇ। ਪਰ ਮੈਂ ਕਾਲਜ ਦੀ ਜਿਹੜੀ ਹੈਗੀ ਆ ਬੁੱਕ ਦੇਖ ਰਹੀ ਸੀਗੀ ਤਾਂ ਉਹਦੇ ਵਿੱਚ ਇਸ ਦੀਆਂ 10 ਸ਼੍ਰੇਣੀਆਂ ਦੱਸੀਆਂ ਗਈਆਂ ਨੇ, ਭਾਵੇਂ ਕਿ ਜੋ 10ਵੀਂ ਸ਼੍ਰੇਣੀ ਹੈ ਉਹ ਇੱਕ ਜਿਹੜੀ ਹੈ ਇੱਕ ਹੋਰ ਜਿਹੜੀ ਸ਼੍ਰੇਣੀ ਹੈ ਉਹਦੇ ਵਿੱਚ ਹੀ ਐਡ ਕੀਤੀ ਜਾ ਸਕਦੀ ਹੈਗੀ ਆ, ਹੈ ਉਹੀ ਚੀਜ਼, ਅਤੇ ਉਹਨਾਂ ਜਿਹੜਾ ਇੱਕ ਨਾਮ ਵੱਖਰਾ ਰੱਖ ਦਿੱਤਾ। ਤਾਂ ਚਲੋ ਆਪਾਂ ਇਹਨਾਂ ਨੂੰ ਵਾਚਦੇ ਹੈਗੇ ਹਾਂ। ਤਾਂ ਪਹਿਲਾ ਹੈ ਸੰਬੋਧਨੀ ਵਿਸਮਿਕ। ਹੁਣ ਸੰਬੋਧਨੀ ਵਿਸਮਿਕ ਜਿਹੜੇ ਹੈਗੇ ਨੇ ਸ਼ਬਦ ਉਹ ਕਦੋਂ ਬੋਲੇ ਜਾਂਦੇ ਹੈਗੇ ਨੇ? ਹੁਣ ਇਹਨਾਂ ਸੰਬੰਧੀ ਇੱਕ ਗੱਲ ਹੋਰ ਹੈ ਮਹੱਤਵਪੂਰਨ ਕਿ ਹਮੇਸ਼ਾ ਹੈਗੇ ਨੇ ਇਹ ਸੈਂਟੈਂਸ ਦੇ ਵਿੱਚ, ਵਾਕ ਦੇ ਵਿੱਚ ਆਰੰਭ ਦੇ ਵਿੱਚ ਆ ਜਾਂਦੇ ਨੇ, ਉਸ ਤੋਂ ਬਾਅਦ ਵਾਕ ਲਿਖਿਆ ਜਾਂਦਾ ਹੈ, ਔਰ ਜਿਹੜਾ ਵਿਸਮਿਕ ਸ਼ਬਦ ਹੈ ਉਸਦੇ ਥੱਲੇ
उस तो बाद जड़ा है विस्मिक चिन्ह लाया जाता डंडी ते थले बिंदी। ये जरूरी विश्राम चिन्ह है, ध्यान रखना है क्योंकि ये भी अपने जिहड़े हैगे ने महत्वपूर्ण जिहड़ा भाषा का अंग हैगा। तो असी देखिए कि जेकर कंपीटीशन एग्जाम की गल करिए उत्थे फिर ये पूछे जाते हैं भी जदों असी हैरानी वाली गल करनी हैगी है तो फिर शब्द के नाल किहड़ा चिन्ह लगना विश्राम चिन्ह, तो फिर इत्थे की है डंडी दे थले बिंदी, तो इसनों विस्मिक चिन्ह कहा जाता है। तो पहला है संबोधनी विस्मिक, जदों जिहड़ा है वाक दे विच किसी नूं बुलाउण दे लई कुछ शब्द वरते जाते हैं तो उन्होंने संबोधनी विस्मिक कहते हैं। जिवें आप कहने ओए मुंडिया मेरी गल सुन, ठीक है नी कुड़िए बहुत ही लुतर लुतर ना कर, आओ आपां काम करिए। तो ये पहले शब्द की ने ओ बे बीबी ओए काका नी कुड़िए बे भाई अड़िया आदि जिहड़े शब्द ने कि ने संबोधनी विस्मिक हैगे ने। तो दूसरा है सूचनावाचक, सूचनावाचक की है जदों असी किसी नूं सावधान करना होवे किसी खतरे तो उस समय जिहड़े शब्द थोड़े जिहे आम नालों खास जिहड़े हैगे ने टोन दे विच कहे जांदे ने उन्हां नूं सूचनावाचक विस्मिक कहिंदे ने। जिवें खबरदार जे तूं गाल कढ़ी तां अगे है, बची अगे डूंगा टोआ है, वेखी अगे रेलवे क्रॉसिंग है। मतलब इस तरह जिहड़ा है किसी नूं खबरदार करना है सुचेत करन लई जिहड़े शब्द वरते जांदे ने उन्हां नूं असीं सूचनावाचक विस्मिक कहिंदे हैगे आ। तां इहदे विच जागदे रहो होशियार वर्गे शब्द भी आउंदे हैगे ने। अगे है प्रशंसावाचक, हुण प्रशंसावाचक विस्मिक उदों वरते जांदे ने जदों किसी की तारीफ करनी होवे, वडियाई करनी होवे, किसी दे चंगे कम की सलाहता करनी होए तो असीं कहिंदे हैगे आ वाह वाह उस दे तां 99% नंबर आए, बल्ले बल्ले वह पंजाब विच फस्ट आ गया, बल्ले बल्ले साडी टीम जित गई, ये तां कमाल हो गई है ना। ये शब्द की ने प्रशंसावाचक विस्मिक हैगे ने। अगे है शोकवाचक, हुण शोकवाचक शोक का अर्थ हुंदा है गमी दुख, कई बार दुखी हुंदा बंदा है ना, बहुत दुख दुख सुख कहिंदे जिंदगी दा दोने हिस्से हैगे ने, है ना। तो फिर शोक दे विच दुख दे विच व्यक्ति जिहड़ा है कुछ शब्दों की वरतों करता है तो कि ने हाए किन्ने हड़ आ गए, अफसोस उसका जवान पुत्र मर गया। तो इस तरह जिहड़े हैगे ने ये शब्द कि ने शोकवाचक विस्मिक हैगे ने। अगे है फिटकारवाचक, हुण फिटकारवाचक की है जदों कोई व्यक्ति जिहड़ा है कोई भी है ना आम नाल समाज दीआं रीतां नूं उल्ट कम कर दिंदा कई बार है ना, जिहड़ा चंगा नहीं मन्ना जांदा तां फिर उत्थे दूजा बंदा जिहड़ा है उसनूं लाणत पाउंदा हैगा, तां फिर उसनूं कहिंदे आ फिटकारवाचक जिहड़े शब्द ने। असीं कहिंदे लख लाणत तूं झूठ बोलिया। तां इस तरह जिहड़ा है इहो जिहे शब्द बेशर्मा इह की कीता, फिट्टे मूँह तेरे तू मेरिया नज़रों तो दूर हो जा। तो इस तरह जिहड़े सेंटेंसेस है यह फिटकारवाचक है तो यह जिहड़े शब्द ने फिट्टे मूँह बेशर्मा एक ही ने फिटकारवाचक विस्मिक है। अगे है हैरानीवाचक, हुण जदों कोई जिहड़ी हैगी अचानक वापरी घटना बारे जिहड़ा मनुख है वह हैरान हो जाता है, उहनूं उम्मीद नहीं हुंदी हैगी है ना, तो फिर हैरानीवाचक विस्मक की वरतों होंगी। आप कहने है वह डिप्टी कमिश्नर बन गया, अच्छा तेरे 95% नंबर आ गए, वाह बई वाह तू तो कमाल कर दिती। तो इस तरह यह शब्द की ने विस्म जिहड़े हैगे ने हैरानीवाचक विस्मिक हैगे ने। अगे है सत्कारवाचक, हुण जदों असी किसी नूं इज्जत देनी है सत्कार देना है तो असी कुछ शब्दों की वरतों करते हैं तो उन्होंने सत्कारवाचक विस्मिक कहने। जिमें असी कहने आओ जी, जी आया। अगे है धन भाग, अज तक कीड़ी के घर नारायण आ गया। अगे है आइए जी, बैठ के दुख सुख करते हैं। तो अगे है हार्दिक स्वागत, तुसी साढ़े घर आए।
ਤਾਂ ਇਸ ਤਰ੍ਹਾਂ ਇਹ ਸ਼ਬਦ ਕੀ ਨੇ ਸਤਿਕਾਰਵਾਚਕ ਵਿਸਮਿਕ ਹੈਗੇ ਨੇ। ਹੁਣ ਅੱਗੇ ਹੈ ਅਸੀਸਵਾਚਕ। ਹੁਣ ਅਸੀਸਵਾਚਕ ਜਿਹੜੇ ਵਿਸਮਿਕ ਕਿਹੜੇ ਹੁੰਦੇ ਨੇ, ਵੀ ਜਦੋਂ ਅਸੀਂ ਕਿਸੇ ਨੂੰ ਪ੍ਰਣਾਮ ਕਰਦੇ ਹੈਗੇ ਹਾਂ, ਕਿਸੇ ਨੂੰ ਆਮ ਤੌਰ 'ਤੇ ਵੱਡਿਆਂ ਨੂੰ, ਹੈ ਨਾ, ਜੋ ਸਾਡੇ ਅਸੀਂ ਕਹਾਂਗੇ ਪੁਰਾਣੀ ਪੰਜਾਬੀ ਸੱਭਿਆਚਾਰ ਦੇ ਵਿਚਾਰ ਦੇ ਵਿੱਚ ਹੁੰਦਾ ਸੀ ਪੈਰੀਆਂ ਹੱਥ ਲਾਉਣੇ ਜਾਂ ਕਿਸੇ ਵੀ ਤਰ੍ਹਾਂ, ਹੈ ਨਾ, ਸਤਿਕਾਰ ਦਿਖਾਉਣਾ, ਤਾਂ ਫਿਰ ਉੱਥੇ ਜਿਹੜੇ ਬਜ਼ੁਰਗ ਸੀਗੇ ਜਾਂ ਵੱਡੇ ਨੇ ਉਹ ਆਪਣੇ ਮਨ ਦੇ ਭਾਵ ਆਸ਼ੀਰਵਾਦ ਦੇ ਕੇ ਪ੍ਰਗਟਾਉਂਦੇ ਨੇ, ਤਾਂ ਫਿਰ ਉਹਨਾਂ ਨੂੰ ਜਿਹੜੇ ਸ਼ਬਦ ਨੇ ਉਹ ਕਹਿੰਦੇ ਅਸੀਸਵਾਚਕ ਹੁੰਦੇ ਨੇ। ਜਿਵੇਂ ਆਪਾਂ ਕਹਿੰਦੇ ਹਾਂ ਭਲਾ ਕਰੇ, ਜਵਾਨੀਆਂ ਮਾਣ, ਜਿਉਂਦਾ ਰਹਿ, ਵੱਸਦਾ ਰਹੋ, ਸਾਈਂ ਭਾਈ ਜੀਵੇ, ਬੁੱਢ ਸੁਹਾਗਣ ਹੋਵੇ, ਖੁਸ਼ ਰਹੋ, ਚੜ੍ਹਦੀ ਕਲਾ ਹੋਵੇ, ਅਜਿਹੇ ਸ਼ਬਦ ਕੀ ਨੇ, ਇਹ ਅਸੀਸਵਾਚਕ ਵਿਸਮਿਕ ਹੈਗੇ ਨੇ। ਅੱਗੇ ਹੈ ਇੱਛਾਵਾਚਕ। ਹੁਣ ਕੁਝ ਸ਼ਬਦ ਹੁੰਦੇ ਨੇ ਜਿਹੜੇ ਵਿਅਕਤੀ ਦੇ ਮਨ ਦੀਆਂ ਖਾਹਿਸ਼ਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਹੋਈਆਂ ਹੁੰਦੀਆਂ, ਹੈ ਨਾ, ਉਹਨਾਂ ਨੂੰ ਦਰਸਾਉਂਦੇ ਨੇ, ਤਾਂ ਉਹ ਫਿਰ ਇੱਛਾਵਾਚਕ ਵਿਸਮਿਕ ਅਖਵਾਉਂਦੇ ਨੇ। ਜਿਵੇਂ ਆਪਾਂ ਕਹਿੰਦੇ ਹਾਂ ਕਾਸ਼ ਮੈਂ ਲੱਖਪਤੀ ਹੁੰਦਾ, ਜੇ ਕਿਤੇ ਮੇਰੇ ਕੋਲ 20 ਬੰਗਲਾ ਹੁੰਦਾ। ਤਾਂ ਅੱਗੇ ਹੈ ਹੇ ਪਰਮਾਤਮਾ ਸੁੱਖ ਰੱਖੀ, ਹੇ ਰਾਮ ਸਾਰੇ ਪਾਸੇ ਚੰਗਾ ਹੀ ਹੋਵੇ। ਤਾਂ ਇਹ ਇੱਛਾਵਾਂ ਦੀ ਜਿਹੜੀ ਹੈਗੀ ਆ ਪ੍ਰਗਟਾਉਣ ਵਾਲੇ ਸ਼ਬਦ ਹੈਗੇ ਨੇ, ਤਾਂ ਇਹ ਇੱਛਾਵਾਚਕ ਵਿਸਮਿਕ ਦੇ ਵਿੱਚ ਆਉਂਦੇ ਨੇ। ਤਾਂ ਜਿਹੜਾ ਦਸਵਾਂ ਹੈ ਸਲਾਹੁਤਾਵਾਚਕ, ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਇਹ ਕਾਲਜ ਲੈਵਲ ਵਾਲੇ ਵਿਆਕਰਨ ਦੇ ਵਿੱਚ 10 ਕਿਸਮਾਂ ਦੱਸੀਆਂ ਗਈਆਂ ਨੇ, ਅਤੇ ਇਹਦੇ ਵਿੱਚ ਵੀ ਇਹ ਸ਼ਬਦ ਨੇ ਅਸ਼ਕੇ, ਤੂੰ ਤਾਂ ਮੈਦਾਨ ਮਾਰ ਲਿਆ, ਸ਼ਾਬਾਸ਼ ਬੜਾ ਚੰਗਾ ਹੋ ਗਿਆ, ਬਲੇ ਹਾਰੇ ਜਾਈਏ, ਤੂੰ ਤਾਂ ਟੀਮ ਨੂੰ ਮੈਚ ਜਿਤਾ ਦਿੱਤਾ, ਬੱਲੇ ਬੱਲੇ ਬਹੁਤ ਵਧੀਆ ਹੋਇਆ, ਠੀਕ ਹੈ। ਤਾਂ ਇਹ ਸ਼ਬਦ ਵੀ ਸਲਾਹਤਾਵਾਚਕ ਨੇ, ਅਤੇ ਅਸੀਂ ਇਹਦੇ ਵਿੱਚ ਇਹਨੂੰ ਐਡ ਕਰ ਸਕਦੇ ਹਾਂ, ਅਤੇ ਵੱਖਰਾ ਚਾਹੋ ਤਾਂ ਵੱਖਰਾ ਵੀ ਆਪਾਂ ਇਸ ਨੂੰ ਜਿਹੜਾ ਹੈ ਲਿਖ ਸਕਦੇ ਹੈਗੇ ਹਾਂ। ਦੋਨੋਂ ਹੀ ਠੀਕ ਨੇ, 9 ਕਿਸਮਾਂ ਵੀ ਠੀਕ ਨੇ ਅਤੇ 10 ਵੀ ਠੀਕ ਹੈਗੀਆਂ ਨੇ। ਤਾਂ 10ਵੀਂ ਤੱਕ ਤਾਂ 9 ਹੀ ਠੀਕ ਨੇ, ਅਤੇ ਅੱਗੇ ਜੇ ਕਾਲਜ ਲੈਵਲ ਦੇ ਬੱਚੇ ਦੇਖ ਰਹੇ ਹੈਗੇ ਨੇ ਤਾਂ ਉਹ ਸਲਾਹੁਤਾਵਾਚਕ ਨੂੰ ਇਹਦੇ ਵਿੱਚ ਐਡ ਕਰ ਲੈਣ। ਤਾਂ ਇਹ ਤਾਂ ਸੀਗਾ ਆਪਣੇ ਕੋਲ ਵਿਸਮਿਕ ਸ਼ਬਦ ਸ਼੍ਰੇਣੀ, ਤਾਂ ਜੋ ਕਿ ਇੱਕ ਅਵਿਕਾਰੀ ਸ਼ਬਦ ਸ਼੍ਰੇਣੀ ਹੈਗੀ ਆ, ਔਰ ਵਿਆਕਰਨਕ ਦ੍ਰਿਸ਼ਟੀ ਤੋਂ ਜਿਹੜਾ ਹੈ ਵਾਕ ਦੇ ਅੱਗੇ ਲੱਗਦੇ ਹੈਗੇ ਨੇ ਸ਼ਬਦ, ਔਰ ਕੁਝ ਸ਼ਬਦ ਨੇ ਜਿਹੜੇ ਬੋਲਣ ਸਮੇਂ ਹੈਰਾਨੀ 'ਚ ਵੀ ਅਸੀਂ ਉਹ ਸ਼ਬਦ ਬੋਲ ਲੈਂਦੇ ਹਾਂ, ਅਤੇ ਕਿਸੇ ਦੀ ਪ੍ਰਸ਼ੰਸਾ ਕਰਨ ਵਿੱਚ ਵੀ ਉਹ ਸ਼ਬਦ ਬੋਲ ਲੈਂਦੇ ਹਾਂ। ਤਾਂ ਜਿਵੇਂ ਬੱਲੇ ਬੱਲੇ ਸ਼ਬਦ ਹੈਗਾ, ਅਸੀਂ ਹੈਰਾਨੀ 'ਚ ਵੀ ਬੋਲ ਲੈਂਦੇ ਹਾਂ ਕਈ ਵਾਰ, ਤਾਂ ਕਿਸੇ ਦੀ ਪ੍ਰਸ਼ੰਸਾ ਕਰਨ ਵੀ ਬੋਲਦੇ। ਤਾਂ ਕਹਿਣ ਦਾ ਭਾਵ ਇਹ ਬੋਲਣ ਵਾਲੇ 'ਤੇ ਡਿਪੈਂਡ ਕਰਦਾ ਹੈ, ਉਹਦੇ 'ਤੇ ਨਿਰਭਰ ਕਰਦਾ ਹੈ ਕਿ ਉਸਨੇ ਕਿਸ ਟੋਨ ਦੇ ਵਿੱਚ ਗੱਲ ਕਹੀ ਹੈਗੀ ਹੈ, ਫਿਰ ਆਪਾਂ ਉਸ ਅਨੁਸਾਰ ਜਿਹੜਾ ਹੈ ਉਸ ਕਿਸਮ ਦੇ ਵਿੱਚ ਆਪਾਂ ਐਡ ਕਰ ਸਕਦੇ ਹੈਗੇ ਹਾਂ। ਤਾਂ ਇਹ ਤਾਂ ਸੀਗੀ ਇਹਦੇ ਬਾਰੇ ਪੂਰੀ ਜਾਣਕਾਰੀ। ਤਾਂ ਆਪਾਂ ਕੁਝ ਹੁਣ ਇਹਦੇ ਵਸਤੂ ਨਿਸ਼ਠ ਪ੍ਰਸ਼ਨ ਕਰਨੇ ਹੈਗੇ ਨੇ, ਤਾਂ ਕਿ ਆਪਾਂ ਨੂੰ ਇਹ ਜਿਹੜਾ ਹੈ ਪ੍ਰਸ਼ਨ ਹੈ ਚੰਗੀ ਤਰ੍ਹਾਂ ਰਟਿਆ ਜਾਵੇ। ਹਾਂਜੀ, ਪਹਿਲਾ ਪ੍ਰਸ਼ਨ ਹੈਗਾ, ਜਿਹੜੇ ਸ਼ਬਦ ਮਨ ਦੀ ਖੁਸ਼ੀ, ਗਮੀ, ਹੈਰਾਨੀ, ਡਰ ਆਦਿ ਨੂੰ ਪ੍ਰਗਟ ਕਰਦੇ ਨੇ ਉਸਨੂੰ ਕੀ ਕਹਿੰਦੇ ਨੇ? ਵਿਸਮਿਕ। ਅਤੇ ਵਿਸਮਿਕ ਚਿੰਨ੍ਹ ਕਿਹੜਾ ਹੁੰਦਾ ਹੈ? ਡੰਡੀ ਦੇ ਥੱਲੇ ਬਿੰਦੀ ਲੱਗੀ ਹੁੰਦੀ ਹੈ। ਅਤੇ ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ? 9 ਤਰ੍ਹਾਂ ਦੇ ਹੋ ਸਕਦੇ ਨੇ। ਤਾਂ ਅੱਗੇ ਹੈ ਵਿਸਮਿਕ ਸ਼ਬਦਾਂ ਦੀ ਉਦਾਹਰਣਾਂ, ਵੇ, ਨੀ, ਅੜਿਆ, ਸ਼ਾਬਾਸ਼, ਕਾਸ਼, ਬੱਲੇ ਬੱਲੇ। ਸੰਬੋਧਨੀ ਵਿਸਮਿਕ ਦੱਸੋ, ਤਾਂ ਇਹਦੇ 'ਚ ਆਪਾਂ ਕੀ ਕਹਿ ਸਕਦੇ ਹਾਂ? ਵੇ, ਨੀ, ਬੇਬੀਬਾ। ਪ੍ਰਸ਼ੰਸਾਵਾਚਕ ਵਿਸਮਿਕ ਦੱਸਣੇ ਨੇ ਆਪਾਂ ਨੇ, ਸ਼ਾਬਾਸ਼, ਸਦਕੇ ਤੇਰੇ, ਹਾਇਓ ਰੱਬਾ, ਅਫਸੋਸ, ਓਫ। ਇਹ ਕਿਹੜੀ ਕਿਸਮ ਦੇ ਵਿਸਮਿਕ ਨੇ? ਇਹ ਸ਼ੋਕਵਾਚਕ ਵਿਸਮਿਕ ਹੈਗੇ ਨੇ। ਇੱਛਾ ਪ੍ਰਗਟ ਕਰਨ ਲਈ ਕਿਹੜੇ ਵਿਸਮਿਕ ਵਰਤੇ ਜਾਂਦੇ ਨੇ? ਕੁਛ ਉਦਾਹਰਣਾਂ ਦੇਣੀਆਂ ਨੇ ਆਪਣੇ, ਕਾਸ਼, ਜੇ, ਹੇ ਦਾਤਾ, ਦੁਰਫਿੱਟੇ ਮੂੰਹ, ਲੱਖ ਲਾਣਤ, ਬੇਸ਼ਰਮਾ। ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹੈਗੇ ਨੇ? ਤਾਂ ਕਿ ਨੇ ਫਿਟਕਾਰਵਾਚਕ। ਅਸੀਸਵਾਚਕ ਵਿਸਮਿਕ ਦੀਆਂ ਕੁਝ ਉਦਾਹਰਣਾਂ ਦੇਣੀਆਂ ਨੇ ਆਪਾਂ, ਜਿਉਂਦਾ ਰਹੋ, ਜਵਾਨੀਆਂ ਮਾਣੋ, ਜਾਗਦੇ ਰਹੋ, ਠਹਿਰ ਜਾਓ, ਹੁਸ਼ਿਆਰ। ਕਿਹੜੀ ਕਿਸਮ ਦੇ ਵਿਸਮਿਕ ਨੇ? ਸੂਚਨਾਵਾਚਕ। ਆਓ ਜੀ, ਜੀ ਆਇਆਂ ਨੂੰ, ਧੰਨ ਭਾਗ। ਕਿਸ ਪ੍ਰਕਾਰ ਦੇ ਵਿਸਮਿਕ ਹੈਗੇ ਨੇ? ਆਦਰ ਸੂਚਕ, ਜਾਂ ਇਹਨੂੰ ਸਤਿਕਾਰਵਾਚਕ ਵੀ ਕਹਿ ਸਕਦੇ ਹਾਂ। ਹੈ, ਇਹ ਕੀ ਹੋ ਗਿਆ? ਤਾਂ ਇਸ ਵਾਕ ਵਿੱਚ ਕਿਸ ਪ੍ਰਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ? ਹੈਰਾਨੀਵਾਚਕ। ਕਾਸ਼ ਮੈਂ ਅਮੀਰ ਹੁੰਦਾ ਵਾਕ ਵਿੱਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ? ਇੱਛਾਵਾਚਕ। ਸ਼ਾਬਾਸ਼
खुश किया ई सदके तेरे तू मैरिट विच आया। तो यह इस वाक दे विच केड़े बेसमक की वरतों हुई है, प्रशंसा वाचक की। वाह कितना सोहना मौसम है। इस वाक विच केड़े बेसमक की वरतों हुई हैगी है, तो ये हैरानी वाचक भी कह सकते हैं, प्रशंसा वाचक भी कह सकते हैं। ठीक है, तो अगे हैगा कुछ शब्द वाक है तो वो आप बिस्मक लभने ने कि किस्म के बिस्मक है। ठीक है, तो सेंटेंस हैगा ओए मुंडिया चुप करके बैठ, तो ये की है संबोधनी बिस्मक है। शाबाशे तेरी मेहनत ने रंग ला दिता, की है प्रशंसा वाचक। हाए मैं मर गई, तो शोक वाचक है। धन भाग कीड़ी की भी पुछ हुई, ये की है सत्कार वाचक। वेखी दौलत कितने तेरी मत ना मार देवे, तो यह की है सूचना वाचक। फिटे मूँह तू सानू रोल दिता, तो की है फिटकार वाचक। आहा कमाल का चित्र है हैरानी वाचक। बख्शिंद बख्श लै इस पापी नू, तो यह की इच्छा वाचक। ठहर जरा मैं तेरी खबर लैंदा हाँ, तो की है सूचना वाचक। काश मेरे को भी कोठी ते कार हुंदी, तो की है इच्छा वाचक बिस्मिक है। तो यह तो सीगा बिस्मिक बारे पूरी जानकारी। उम्मीद करती हैगी चंगी तरह समझ आ गई होनी है। तो जेकर यह वीडियो चंगी लगी तो इसनों लाइक ते कमेंट करना, अपने दोस्तों के नाल वध तो वध शेयर करना। पंजाबी मां बोली नूं समर्पित इस चैनल ते पाईआं जांदीआं वीडियोज़, जेकर तुहाडी पढ़ाई दे विच 1% भी तुहानूं लाभ दिंदीआं होण तां तुसीं इस चैनल नूं सबसक्राइब जरूर करना। फिर मिलदे हैगे आ किसे होर वधिया लाभदायक वीडियो दे नाल। तद तक दे लई बहुत बहुत धन्यवाद।